ਇਸ ਤੋਂ ਹੋਰ ਵੱਡੀ ਪੀੜਾ ਦੀ ਗੱਲ ਕੀ ਹੋ ਸਕਦੀ ਹੈ ਕਿ ਕਾਂਗਰਸ ਪਾਰਟੀ ਸਿਆਸਤ ਦੀ ਰਾਜਨੀਤੀ 'ਚ ਇੰਨੇ ਥੱਲੇ ਪੱਧਰ 'ਚ ਡਿੱਗ ਸਕਦੇ ਨੇ। ਕੈਪਟਨ ਸਾਹਿਬ ਕਹਿੰਦੇ ਕਿ ਜਿਹੜੇ ਪੰਜ ਦੋਸ਼ੀ ਨੇ 84 ਦੇ, ਉਹ ਪੰਜੇ ਕਾਂਗਰਸੀਆਂ ਦਾ ਨਾਂ ਖੁਦ ਗਿਣਾ ਰਹੇ ਨੇ। ਅੱਜ ਵੀ ਜਿਹੜੀ SIT ਬੈਠੀ ਹੈ, ਕੈਪਟਨ ਸਾਹਿਬ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਗਵਾਹੀ ਤੁਸੀਂ ਭੁਗਤਾਉਂਦੇ? ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ, ਇਹ ਕਾਂਗਰਸ ਪਾਰਟੀ ਦੀ ਨੀਚ ਹਰਕਤ, ਜਿੱਥੇ ਬੇਅਦਬੀ ਦਾ ਕੋਈ ਦਰਦ ਨਹੀਂ ਲੇਕਿਨ ਬੇਅਦਬੀ ਦੀ ਸਿਆਸੀਕਰਨ ਕਰਕੇ ਜਿਹੜੀ 3 ਸਾਲਾਂ ਤੋਂ ਦੁਕਾਨਦਾਰੀ ਖੋਲੀ ਹੋਈ ਹੈ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦਾ ਕੱਖ ਨਾ ਰਹੇ, ਤੇ ਜਿਹੜੇ ਉਹਦੇ ਉੱਤੇ ਸਿਆਸਤ ਖੇਡ ਰਹੇ ਨੇ ਕੱਖ ਨਾ ਰਵੇ, ਤੇ ਨਸਲ ਵੀ ਇਹਨਾਂ ਦੀ ਖਤਮ ਕਰੇ। ਵੀਰੋ ਤੇ ਪਹਿਲਾਂ ਸਤਿ ਸ੍ਰੀ ਅਕਾਲ। ਇੱਕ ਸਿੱਖ ਹੋਣ ਦੇ ਨਾਤੇ ਕੱਲ ਮੈਨੂੰ ਇੰਨਾ ਦੁੱਖ ਹੋਇਆ ਤੇ ਇੰਨੀ ਠੇਸ ਲੱਗੀ ਜਦ ਮੈਂ ਉਸ ਗਾਂਧੀ ਪਰਿਵਾਰ ਦੇ ਮੂੰਹੋਂ ਸੁਣਿਆ ਕਿ ਉਹ ਪੰਜਾਬ ਦੀ ਨੂੰਹ ਹੈਗੀ, ਜਿਸ ਪਰਿਵਾਰ ਨੇ ਪੀੜ੍ਹੀ ਦਰ ਪੀੜ੍ਹੀ ਸਾਡੇ ਸਿੱਖ ਕੌਮ ਦੀ ਹੋਂਦ ਖਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ, ਜਿਸ ਪ੍ਰਿਯੰਕਾ ਦੇ ਪਿਓ ਨੇ ਸਾਡੇ ਮੇਰੇ ਅੱਖਾਂ ਦੇ ਸਾਹਮਣੇ, ਮੇਰੇ ਉੱਤੇ ਤਾਂ ਹੱਡ ਬੀਤੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸਾਡੀ ਭੈਣਾਂ ਨੂੰ ਵਿਧਵਾ ਕਰ ਛੱਡਿਆ, ਸਾਡੇ ਵੀਰਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਘਰੋਂ ਘਸੀਟ ਕੇ ਬਾਹਰ ਲਾ ਕੇ ਅੱਗ ਲਾ ਕੇ ਸਾੜ ਕੇ 3 ਦਿਨ ਲਗਾਤਾਰ ਆਰਡਰ ਇਹਦੇ ਪਿਓ ਨੇ ਦਿੱਤੇ ਕਿ ਇੱਕ ਸਿੱਖ ਨਹੀਂ ਬਚਣਾ ਚਾਹੀਦਾ। ਅੱਜ ਉਹਦੀ ਧੀ ਆਪਣੇ ਆਪ ਨੂੰ ਸਾਡੀ ਨੂੰਹ ਕਹਿਲਾਉਂਦੀ ਹੈਗੀ। ਇਸ ਤੋਂ ਹੋਰ ਵੱਡੀ ਪੀੜਾ ਦੀ ਗੱਲ ਕੀ ਹੋ ਸਕਦੀ ਹੈ ਕਿ ਕਾਂਗਰਸ ਪਾਰਟੀ ਸਿਆਸਤ ਦੀ ਰਾਜਨੀਤੀ 'ਚ ਇੰਨੇ ਥੱਲੇ ਪੱਧਰ 'ਚ ਡਿੱਗ ਸਕਦੇ ਨੇ ਕਿ ਸਾਨੂੰ ਕਤਲ ਕਰਨ ਵਾਲੇ ਆਪਣੇ ਰਿਸ਼ਤੇਦਾਰ, ਮੈਂ ਤਾਂ ਕਹਿੰਦੀ ਹਾਂ ਆਪਣੇ ਰਿਸ਼ਤੇਦਾਰ ਕੀ, ਰੱਬ ਇਹੋ ਜਿਹੀ ਧੀਆਂ ਤੋਂ ਬਚਾਏ ਜਿਨ੍ਹਾਂ ਦੇ ਪਿਓ ਦੇ ਇਹੋ ਜਿਹੀ ਹਰਕਤਾਂ ਸਾਡੇ ਸਿੱਖਾਂ ਨੂੰ ਖਾ ਜਾਂਦੇ ਨੇ। ਅਤੇ ਅੱਜ ਉਹਦਾ ਭਰਾ ਰਾਹੁਲ ਗਾਂਧੀ, ਜਿਹਦੀ ਦਾਦੀ ਨੇ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ, ਜਿੱਥੇ ਹਰ ਦਾ ਸਿਰ ਮੱਥੇ ਥੱਲੇ ਨਕਮਸਤਕ ਹੁੰਦੇ ਨੇ, ਉਸ ਥਾਂ 'ਚ ਟੈਂਕਾਂ ਤੋਪਾਂ ਦੇ ਨਾਲ ਆਰਡਰ ਦੇ ਕੇ ਟੇ ਢੇਰੀ ਕਰਤਾ ਸਾਡਾ ਉਹ ਸੋਮਾ, ਜਿੱਥੋਂ ਅਸੀਂ ਸਾਰੇ ਅਸੀਸਾਂ ਲੈ ਕੇ ਆਪਦੀ ਝੋਲੀਆਂ ਭਰਦੇ ਨੇ, ਉਹਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਹਰ ਕੋਸ਼ਿਸ਼ ਕੀਤੀ, ਅਤੇ ਹਜ਼ਾਰਾਂ ਬੀੜਾਂ ਨੂੰ, ਇੰਨੀ ਵੱਡੀ ਬੇਅਦਬੀ ਅਤੇ ਬੇਕਸੂਰਾਂ ਨੂੰ ਇੰਨੀ ਵੱਡੀ ਗਿਣਤੀ 'ਚ ਉਸ ਗੁਰਪੁਰਬ ਦੇ ਦਿਨ ਸ਼ਹੀਦ ਕਰਤਾ, ਜਿਹਦੇ ਖਾਨਦਾਨ ਦੀ ਇਹ ਦੇਣ ਹੈਗੀ, ਉਹ ਬਰਗਾੜੀ ਜਾ ਕੇ ਬੇਅਦਬੀ ਦੀ ਗੱਲ ਕਰ ਰਹੇ ਨੇ। ਅਤੇ ਨਾਲ ਕੈਪਟਨ ਸਾਹਿਬ ਜਿਨ੍ਹਾਂ ਨੇ ਦਸਮ ਪਿਤਾ ਦੇ ਚਰਨਾਂ ਦੀ ਝੂਠੀ ਸਹੁੰ ਗੁਟਕਾ ਸਾਹਿਬ ਨੂੰ ਫੜ ਕੇ ਉਹ ਲੈ ਕੇ ਜਾ ਰਹੇ ਨੇ, ਜਿਹੜੇ ਝੂਠੇ ਕੈਪਟਨ ਸਾਹਿਬ ਕਹਿੰਦੇ ਕਿ ਜਿਹੜੇ ਪੰਜ ਦੋਸ਼ੀ ਨੇ 84 ਦੇ, ਉਹ ਪੰਜੇ ਕਾਂਗਰਸੀਆਂ ਦਾ ਨਾਂ ਖੁਦ ਗਿਣਾ ਰਹੇ ਨੇ, ਲੇਕਿਨ 34 ਸਾਲ ਇੱਕ ਵੀ ਕਮਿਸ਼ਨ ਦੇ ਸਾਹਮਣੇ ਜਾ ਕੇ ਆਪਦੀ ਗਵਾਹੀ ਨਹੀਂ ਭੁਗਤਾਈ। ਅੱਜ ਵੀ ਜਿਹੜੀ SIT ਬੈਠੀ ਹੈ, ਕੈਪਟਨ ਸਾਹਿਬ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਗਵਾਹੀ ਤੁਸੀਂ ਭੁਗਤਾਉਂਦੇ? 34 ਸਾਲ ਤੱਕ ਕਲੀਨ ਚਿੱਟ ਦਿੰਦੇ ਰਹੇ ਹੋ, ਅਤੇ ਅੱਜ ਕਿਉਂਕਿ ਰਾਜਨੀਤੀ ਕਰਨੀ ਹੈ, ਅਤੇ ਅੱਜ ਰਾਜਨੀਤੀ ਕਰਕੇ ਤੁਹਾਨੂੰ ਉਹ ਵੀ ਦੋਸ਼ੀ ਨਜ਼ਰ ਆ ਰਹੇ ਨੇ ਪੰਜ ਕਾਂਗਰਸੀ, ਅਤੇ ਅੱਜ ਬੇਅਦਬੀ ਦੀ ਗੱਲ। ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ, ਇਹ ਕਾਂਗਰਸ ਪਾਰਟੀ ਦੀ ਨੀਚ ਹਰਕਤ, ਜਿੱਥੇ ਬੇਅਦਬੀ ਦਾ ਕੋਈ ਦਰਦ ਨਹੀਂ ਲੇਕਿਨ ਬੇਅਦਬੀ ਦੀ ਸਿਆਸੀਕਰਨ ਕਰਕੇ ਜਿਹੜੀ 3 ਸਾਲਾਂ ਤੋਂ ਦੁਕਾਨਦਾਰੀ ਖੋਲੀ ਹੋਈ ਹੈ, ਇਸ ਦੁਕਾਨਦਾਰੀ ਨੂੰ ਬੰਦ ਕਰਨ ਵਾਸਤੇ ਇਹ ਬੇਨਤੀ ਹੈ ਕਿ ਇਹ ਬੰਦ ਕਰਨ। ਗੁਰੂ ਸਾਹਿਬ ਆਪ ਹੀ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਇਹੋ ਜਿਹੀ ਚੀਜ਼, ਇਹੋ ਜਿਹਾ ਸਬਕ ਸਿਖਾਓ ਕਿ ਇਹਨਾਂ ਦੀ ਨਸਲਾਂ ਨਸ਼ਟ ਹੋ ਜਾਣ ਜਿਹਨਾਂ ਨੇ ਇਹ ਬੇਅਦਬੀ ਕੀਤੀ ਹੈ, ਅਤੇ ਜਿਹੜੇ ਲੋਕ ਇਹਦੇ 'ਤੇ ਉੱਤੇ ਸਿਆਸਤ ਖੇਡ ਰਹੇ ਨੇ, ਅਤੇ ਇਸ ਇਲਾਕੇ ਦੇ ਜਿਹੜੇ ਉਮੀਦਵਾਰ ਦੇ ਚੋਣ ਪ੍ਰਚਾਰ ਦੇ ਹੱਕ ਵਿੱਚ ਜਿਹੜੇ ਆਏ ਸੀਗੇ, ਅੱਜ ਉਹ ਉਮੀਦਵਾਰ ਜਿਹਦੀ ਆਪ ਦੀ ਨਾ ਸਾਬਤ ਸੂਰਤ ਜਾ ਕੇ ਬੁਢਲਾਡਾ ਮੇਰੇ ਇਲਾਕੇ 'ਚ ਸਾਡੇ ਭਰਾਵਾਂ ਨੂੰ ਇੱਕ ਦੂਜੇ ਇਹ ਕਮਿਊਨਲ ਗੱਲਾਂ ਕਰਕੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਾਸਤੇ, ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਭੜਕਾਊ ਭਾਸ਼ਣ ਦੇ ਰਿਹਾ ਹੈਗਾ 84 ਦੇ ਬਾਰੇ। ਮੈਂ ਪੁੱਛਣਾ ਚਾਹੁੰਦੀ ਹਾਂ, 84 ਦੇਣ ਕਿਸ ਪਾਰਟੀ ਦੀ ਹੈਗੀ? ਕਿਹਨੇ ਪੈਦਾ ਕੀਤਾ 84 ਨੂੰ, ਜਿੱਥੇ ਦੇਸ਼ ਭਰ 'ਚ ਇੰਨੇ ਸਾਰੇ ਬੇਕਸੂਰ ਦਾ ਕਤਲ ਹੋਇਆ, ਪੰਜਾਬ 'ਚ ਹੋਇਆ, ਪੰਜਾਬ ਤੋਂ ਬਾਹਰ ਹੋਇਆ? ਇਹ ਦੇਣ ਇਸ ਕਾਂਗਰਸ ਪਾਰਟੀ ਦੀ, ਅਤੇ ਅੱਜ ਉਹ ਕਾਂਗਰਸ ਪਾਰਟੀ ਭੜਕਾਊ ਭਾਸ਼ਣ ਦੇ ਰਹੀ ਹੈਗੀ? ਇਹ ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਸਿਆਸਤ ਵਾਸਤੇ ਇਹ ਲੋਕਾਂ ਜਿਹੜੇ ਸਿਰਾਂ 'ਤੇ ਦਸਤਾਰ ਸਜਾਉਂਦੇ ਨੇ, ਕੈਪਟਨ ਸਾਹਿਬ ਹੋਣ, ਉਹਨਾਂ ਦੇ ਵਿੱਤ ਮੰਤਰੀ ਹੋਣ, ਸਿੱਧੂ ਸਾਹਿਬ ਹੋਣ, ਸਿਰ 'ਚ ਦਸਤਾਰ ਅਤੇ ਝੁਕਾ ਰਹੇ ਨੇ ਉਸ ਗਾਂਧੀ ਪਰਿਵਾਰ ਦੇ ਪੈਰਾਂ 'ਚ,
ਜਿਨ੍ਹਾਂ ਨੇ ਇਸ ਕੌਮ ਨੂੰ ਖਤਮ ਕਰਨ ਵਾਸਤੇ, ਹੋਂਦ ਖਤਮ ਕਰਨ ਵਾਸਤੇ, ਧਾਰਮਿਕ ਸਥਾਨ ਦਾ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੀ ਕੋਸ਼ਿਸ਼ ਰਹੀ ਹੈ। ਜਿਹੜਾ ਰਾਹੁਲ ਗਾਂਧੀ ਸਾਲ ਪਹਿਲੇ ਕਹਿੰਦਾ ਸੀ ਕਿ ਕਾਂਗਰਸੀਆਂ ਦਾ ਤਾਂ ਕਤਲੇਆਮ 'ਚ ਕੋਈ ਹੱਥ ਹੀ ਨਹੀਂ ਹੈ, ਅੱਜ ਮਾਲਕ ਦੇ ਚਰਨਾਂ 'ਚ ਬੇਨਤੀ, ਇਸ ਦੁਕਾਨਦਾਰੀ ਨੂੰ ਬੰਦ ਕਰਨ ਵਾਸਤੇ ਗੁਰੂ ਸਾਹਿਬ ਤੁਸੀਂ ਆਪ ਕਿਰਪਾ ਕਰੋ। ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦਾ ਕੱਖ ਨਾ ਰਹੇ, ਅਤੇ ਜਿਹੜੇ ਉਹਦੇ ਉੱਤੇ ਸਿਆਸਤ ਖੇਡ ਰਹੇ ਨੇ ਕੱਖ ਨਾ ਰਵੇ, ਅਤੇ ਨਸਲ ਵੀ ਇਹਨਾਂ ਦੀ ਖਤਮ ਕਰੇ, ਤਾਂ ਕਿ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੇ ਉੱਤੇ ਇਹੋ ਜਿਹੀ ਚੀਜ਼ਾਂ ਕਰਨ ਦੀ ਕਿਸੇ ਦੀ ਜ਼ਰੂਰਤ ਨਾ ਹੋਏ। ਸਤਿ ਸ਼੍ਰੀ ਅਕਾਲ।